ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਆਏ ਹੋਏ ਹਾਂ ਮਨਾਲੀ ਤੋਂ ਥੋੜ੍ਹਾ ਜਿਹਾ ਉੱਪਰ ਗੁਲਾਬਾ ਵਾਲੇ ਰੋਡ 'ਤੇ। ਉੱਥੇ ਤੁਹਾਨੂੰ ਦਿਖਾਉਂਦੇ ਹਾਂ ਵਿਊ ਉੱਪਰ ਪਹਾੜੀਆਂ 'ਤੇ ਕਿੱਦਾਂ ਦਾ ਮਾਹੌਲ ਹੈ, ਅਤੇ ਨਾਲ ਕਿੰਨੇ ਸੋਹਣੇ ਦਰੱਖਤ ਇੱਧਰ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਸਾਈਡ 'ਤੇ। ਸਵੇਰ ਤੱਕ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿਣਾ ਰੋਡ 'ਤੇ ਜੀ, ਸ਼ੂਟਿੰਗ ਕਰਨ ਆਏ ਹੋਏ ਹਾਂ ਐਡ ਦੀ, ਅਤੇ ਤੁਹਾਨੂੰ ਵਿਊ ਦਿਖਾਉਣੇ ਆ ਥੋੜ੍ਹੇ ਜਿਹੇ, ਉਹ ਦੇਖ ਲਿਓ ਵੀਡੀਓ 'ਚ। ਮਾਹੌਲ ਵਧੀਆ ਬਣਿਆ ਹੋਇਆ, ਸੀਨ ਚੱਲਣਾ। ਹੁਣ ਸੀਨ 'ਚ ਆਪਾਂ ਬੋਲ ਨਹੀਂ ਸਕਦੇ, ਅਤੇ ਹੁਣ ਆਪਾਂ ਦੇਖਣਾ ਹੀ ਦੇਖ ਹੀ ਸਕਦੇ ਹਾਂ, ਅਤੇ ਅੱਜ ਦੇਖਦੇ ਹਾਂ ਕਿਵੇਂ ਹੁੰਦਾ ਸੀਨ ਫਿਰ। ਪਹਿਲਾ ਸ਼ਾਟ ਤਾਂ ਹੋ ਗਿਆ ਦੋਸਤੋ ਕੰਪਲੀਟ, ਉਹ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਫਿਰ ਕਾਪੀਰਾਈਟ ਆਊਗਾ। ਕੰਪਨੀ ਕਾਫੀ ਤਾਮਝਾਮ ਨਾਲ ਲਈ ਫਿਰਦੀ ਹੈ, ਦੇਖ ਲਓ ਖਰਚਾ ਕਾਫੀ ਹੁੰਦਾ। ਆਪਾਂ ਕਹਿ ਦਿੰਦੇ ਹਾਂ ਐਡ, ਛੋਟੀ ਜਿਹੀ ਐਡ ਬਣਾਉਣ ਵਾਸਤੇ ਕਿੰਨਾ ਖਰਚਾ ਕਰਨਾ ਪੈਂਦਾ। ਠੰਡਾ ਠੰਡਾ ਕੂਲ ਕੂਲ ਇਹ ਹੈਗੀ ਐਡ, ਬਾਕੀ ਤੁਹਾਨੂੰ ਪਤਾ ਲੱਗ ਜਾਣਾ ਜਾਂ ਟੀ ਵੀ 'ਤੇ ਆਊਗੀ। ਮਿਲੋ ਹਿਮਾਚਲ ਵਾਲੀਆਂ ਕੁੜੀਆਂ ਨੂੰ, ਅੱਜ ਪਹਿਲੀ ਵਾਰ ਗੱਡੀ 'ਚ ਬੈਠੀਆਂ ਨੇ, ਪਹਿਲੀ ਵਾਰ ਮੇਰੀ ਗੱਡੀ ਵੀ ਬੈਠੀ ਹੈ, ਪਹਿਲੀ ਵਾਰ ਮੇਰੀ ਵਾਲੀ ਗਾੜੀ ਵੀ ਬੈਠੀ ਹੈ। ਯਹਾਂ ਆਤਾ ਰਹਤਾ ਹੂੰ ਘੂਮਨੇ ਮਨਾਲੀ ਮੇਂ ਆਪਕੇ ਯਹਾਂ। ਆਪ ਮਨਾਲੀ ਸੇ ਹੋ? ਨਹੀਂ ਮੈਂ ਨਹੀਂ। ਯਹਾਂ ਆ ਕੇ ਦਿਲ ਲੱਗ ਜਾਤਾ ਹੈ, ਯਹਾਂ ਯਾਰ ਨੂੰ ਮਨ ਨਹੀਂ ਕਰਤਾ। ਮੈਂ ਤਾਂ ਯਹੀ ਪਰ ਦੇਖਤਾ ਹੂੰ ਕਰਤਾ ਹੂੰ, ਇਧਰ ਗਰਮੀ ਗਰਮੀ ਤੋਂ ਇਧਰ ਆਉਣਾ ਹੀ ਪੜੇਗਾ। ਕਾਫੀ ਲੰਬਾ ਚੌੜਾ ਸਮਾਨ ਨਾਲ ਲੈਣਾ ਪੈਂਦਾ। ਬੈਗ ਨੇ ਵੈਸੇ ਹੈ ਖਾਲੀ, ਉਹ ਉੱਦਾਂ ਹੀ ਸ਼ੋਅ ਕਰਨ ਵਾਸਤੇ ਉੱਪਰ ਰੱਖ ਰਹੇ ਹਾਂ ਇਹਨਾਂ ਨੂੰ, ਤਾਂ ਜੋ ਲੱਗੇ ਟੂਰਿਸਟ ਆਏ ਹੋਏ ਨੇ। ਮੈਂ ਆਪਣੀ ਵੀ ਸ਼ੂਟਿੰਗ ਕਰੀ ਜਾਂਦਾ, ਆਹ ਜਨਰੇਟਰ ਵੀ ਨਾਲ ਆਇਆ ਸਾਡੇ, ਅਤੇ ਬਾਕੀ ਆ ਸਮਾਨਾਂ ਦੇਖ ਲਓ ਕਿੰਨਾ ਕੁਛ ਹੈ, ਟ੍ਰਾਈਪੋਡ ਵਗੈਰਾ, ਲਟਰਮ ਪਟਰਮ, ਬਹੁਤ ਕਾਫੀ ਲੰਬਾ ਚੌੜਾ ਸਮਾਨ, ਲਾਈਟਾਂ ਲੂਟਾਂ, ਜਨਰੇਟਰ ਛੋਟਾ, ਸਾਰਾ ਤਾਮਝਾਮ ਨਾਲ ਚੱਕੀ ਫਿਰਦੇ ਹਾਂ। ਅਤੇ ਹੁਣ ਆਪਾਂ ਜਾਵਾਂਗੇ ਅਗਲੀ ਲੋਕੇਸ਼ਨ 'ਤੇ, ਅਤੇ ਚੱਲਦੇ ਹਾਂ ਆ ਜਾਓ ਹੁਣ ਰਸਤੇ ਦੇ ਵਿੱਚ, ਵਧੀਆ ਵਧੀਆ ਵਿਊ ਦੇਖਦੇ ਹਾਂ। ਬਾਕੀ ਥੋੜ੍ਹੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦਾ, ਜਿਹੜੇ ਰੋਡ 'ਤੇ ਹੈਗੇ ਹੁਣ ਅਸੀਂ, ਇਹ ਗੁਲਾਬਾ ਤੋਂ ਜਿਹੜਾ ਰਤਾਂਗ ਪਾਸ ਹੁੰਦਾ ਸੀ ਉੱਧਰ ਨੂੰ, ਇਹ ਪਹਿਲਾਂ ਜਾਂਦੇ ਹੁੰਦੇ ਸੀ ਇਸੇ ਰੋਡ, ਹੁਣ ਇਹ ਰੋਡ ਹੋ ਗਿਆ ਇੱਧਰੋਂ ਬੰਦ ਕਿਉਂਕਿ ਅਟਲ ਟਨਲ ਬਣ ਗਈ, ਉੱਧਰ ਵੀ ਜਾਂਦੇ ਆ ਸਾਰੇ, ਇਹ ਰੋਡ ਸੁੰਨ ਮਸਾਨ ਪਿਆ ਇਸ ਕਰਕੇ ਹੁਣ ਇੱਧਰ ਨੂੰ ਆਉਣਾ ਇਹਨਾਂ ਨੇ ਬੰਦ ਕੀਤਾ ਹੋਇਆ। ਅਸੀਂ ਪਰਮਿਸ਼ਨ ਲੈ ਕੇ ਇੱਧਰ ਨੂੰ ਆਏ, ਹੁਣ ਸਾਡੀ ਟੀਮ ਗੱਡੀਆਂ 'ਚ ਲੋਡ ਹੋਊਗੀ ਅਤੇ ਅਗਲੀ ਲੋਕੇਸ਼ਨ 'ਤੇ ਜਾਊਗੀ, ਅਤੇ ਇੱਦਾਂ ਜਾਂਦੇ ਜਾਂਦੇ ਤੁਹਾਨੂੰ ਵਧੀਆ ਵਧੀਆ ਵਿਊ ਦਿਖਾਉਂਦੇ ਚੱਲਦੇ ਹਾਂ। ਅਤੇ ਆ ਜਾਓ ਫਿਰ ਅਗਲੀ ਲੋਕੇਸ਼ਨ 'ਤੇ, ਸਨੋਅ ਜ਼ਿਆਦਾ ਉੱਥੇ ਵੀ ਦਿਖਾਉਂਦੇ ਹਾਂ, ਉਹ ਅਗਲੀ ਵੀਡੀਓ 'ਚ ਆ ਜਾਊ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਹੈ। ਸਾਰਿਆਂ ਦਾ ਧੰਨਵਾਦ ਆ, ਅਤੇ ਇਸੇ ਤਰ੍ਹਾਂ ਵੀਡੀਓ ਦੇਖਦੇ ਰਹੋ, ਅਤੇ ਹੋਰ ਤੁਹਾਨੂੰ ਦਿੰਦੇ ਹਾਂ ਥੋੜ੍ਹੀ ਬਹੁਤ ਹੋਰ ਇਨਫੋਰਮੇਸ਼ਨ ਜਿਹੜੀ ਦਿਮਾਗ 'ਚ ਆਉਂਦੀ ਹੈ। हेलो स्वेटर ठीक है, रहने दो जैकेट, रहने दो, मैं बाद में देखूंगी। आनंद मान ਇੰਨੀ ਸੋਹਣੀ ਨੇਚਰ ਹੈ ਇੱਥੇ, ਆ ਕੇ ਜੀ ਲੱਗ ਜਾਂਦਾ, ਬਹੁਤ ਆਨੰਦ ਆ ਰਿਹਾ, ਵਧੀਆ ਮਾਹੌਲ ਬਣਿਆ ਹੋਇਆ ਪੂਰਾ। ਮੈਡਮ ਇੰਨੀ ਕੁ ਬਿਜ਼ੀ ਹੈਗੇ, ਇਹਨੂੰ ਪਤਾ ਹੀ ਨਹੀਂ ਮੈਂ ਵੀਡੀਓ ਬਣਾਈ ਜਾਂਦਾ, ਫੋਨ 'ਚ ਵਿਅਸਤ ਹੈ, ਕੰਮ ਦੀ ਟੈਨਸ਼ਨ 'ਚ ਬਿਜ਼ੀ ਆ।
यूट्यूब के लिए। दोस्तों जेड़ा ये रोड तुसी रोड का व्यू देख रहे हो ये मनाली तो लेह हाईवे दे नाल अटैच हुंदा है। गुलाबा रोहतांग पास होकर लेह वल नूं चले जांदा है। ये रोड जाने वास्ते अपन नूं परमिट लैण की जरूरत है। जे तुसी अटलन टलन होकर जाने तो उत्थे वास्ते तुहानूं पास परमिट बनाउण दी लोड़ नहीं। तो उस दे विच तुहानूं डाकूमेंट चाहिए ने गड्डी दे, बस वो दिखा के तुसी अगे जा सकते हो। जे तुसी इधर दी जाना फिर तुहानूं परमिट बनाउण दी लोड़ है। गुलाबा होकर सिंगल रोड जाता है, थोड़ा जिहा मतलब कहन दा मतलब रिस्की ला लो तो वधिया रोड तो वधिया बनाया, विच विच किते किते खराब आ। ते सारा व्यू थोनों इदा दे मिलणगे। इस टाइम थोनों इत्थे बर्फ देखण नूं मिलणी नहीं, ये थोड़ी जी पुरानी वीडियो है। ते इस तरह अगे जाके गुलाबा तो थोड़ा जिहा अगे रोहतांग पास तो राणी नाला एक उत्थे थोनों मिलूगी जाके बर्फ। ते उधर थोनों सिसू वाले साइड ते मिल सकदी है। इत्थे थोनों बिल्कुल बर्फ देखण नूं आ। जिहड़ियां पहाड़ियां तुसीं देख रहे हैं सारियां इस टाइम अज दी डेट च ये सारिया बर्फ तो ढकिया हुई सी, जिहड़ियां खाली हो चुकियां बर्फ तो बिना हो गई हुई। इत्थे हुण मौसम कदे भी चेंज हो जाता है, कदे मीह पैण वाला, कदे बदल हो जाते हैं, कदे जिद्दां नीला समान हो जाता है। इस तरह का वधिया साफ सुथरा मौसम हो जाता है। कई बार इत्थे मीह पैण लग जाता है, कई बार स्नोफॉल होने लग जाती है, कोई पता नहीं लगता, मिंट चेंज हो जाता। इत्थे जिद्दां सूरज पूरी धुप निकली हुई है, थोड़ी देर बाद इत्थे बदल हो जाते हैं। इस तरह ही चलता रहता। तो वीडियो किदा की लगी कमेंट करके जरूर दस्यो। जे वीडियो वधिया लगी तो चैनल में सबसक्राइब कर लियो, तो बैल आइकन दब दियो। अगे थानू होर सुनो वाली वीडियो पाने दिखाने किदा किदा किमें किमें पई हुई है। सुनो अटलां के भी दर्शन करावे, इस तरह दुनियादारी दिखाते रहेंगे। जे थानू वीडियो वधिया लगी तो चैनल में सबसक्राइब कर लियो।